फिनिशिंग और स्मूथनेस में बेजोड़। इंटेलेक्ट सेमी ग्लॉस पेंट जो साधारण पेंट की तुलना में दे ज्यादा कवरेज। एंटी क्रैक, एंटी फंगल और एंटी फेड टेक्नोलॉजी से बना इंटेलेक्ट एक्स कोट शाइन जो दीवारों की चमक को रखे सालों तक बरकरार। और साथ ही इंटेलेक्ट प्राइम सील वॉल सीलर। इंटीरियर एंड एक्सटीरियर रेंज में अवेलेबल प्राइमर जो दीवारों पर पेंट की पकड़ मजबूत बनाए और घर को रखे नया सालों साल। संपर्क करें 1-800-21-23-494 पर। सत्कारयोग साथियों, मैं जुगेंद्र सिंह उग्राहा, सूबा प्रधान भारतीय किसान एकता उग्राहा, थोड़े लंबे संघर्ष का छिट्टा, तीन कानूनों रद्द कराने की लड़ाई तुसीं जित ली है। यानी यह कहा जा सकता है कि बड़े मुद्दों की जित हो गई है, पर उहदे नाल लगदियां जिहड़ियां मंगां जां अंदोलन दौरान जिहड़ियां पैदा होईयां ने गल्लां ਉਹ ਅਜੇ ਰਹਿੰਦੀਆਂ ਬਾਕੀ ਨੇ। ਉਹਨਾਂ ਬਾਰੇ ਪ੍ਰਧਾਨ ਮੰਤਰੀ ਨੂੰ ਅਸੀਂ ਪਿਛਲੇ ਦਿਨੀ ਚਿੱਠੀ ਲਿਖ ਕੇ ਭੇਜੀ ਹੈ ਕਿ ਇਹਨਾਂ ਦਾ ਨਿਪਟਾਰਾ ਵੀ ਕੀਤਾ ਜਾਵੇ, ਪਰ ਸਰਕਾਰ ਵੱਲੋਂ ਬਜਾਏ ਉਹ ਨਿਪਟਾਰਾ ਬੈਠ ਕੇ ਕਰਨ ਦੇ ਟੁੱਟਵੀਆਂ ਗੱਲਾਂ ਉੱਧਰ ਆ ਰਹੀਆਂ ਨੇ ਕਿ ਇਹ ਮਸਲੇ ਦਾ ਇਹ ਹੱਲ ਕੱਢ ਲਾਂਗੇ, ਇਹ ਮਸਲੇ ਦਾ ਇਹ ਹੱਲ ਕੱਢ ਲਾਂਗੇ। ਠੋਸ ਨਿਪਟਾਰਾ ਅਜੇ ਨਹੀਂ ਬਣ ਰਿਹਾ, ਜਿਹਦੇ 'ਤੇ ਜਿਹਦੇ ਕਰਕੇ ਯਾਨੀ ਵੱਖ ਵੱਖ ਕਿਸਮ ਦੀਆਂ ਚਰਚਾਵਾਂ ਚੱਲਦੀਆਂ ਨੇ ਕਿ ਸਰਕਾਰ ਆਹ ਗੱਲ ਮੰਨ ਗਈ, ਮੋਰਚਾ 1 ਤਰੀਕ ਨੂੰ ਉੱਠ ਜੂਗਾ, ਮੋਰਚਾ 2 ਤਰੀਕ ਨੂੰ ਉੱਠ ਜੂਗਾ। ਇਸ ਤਰ੍ਹਾਂ ਦੀਆਂ ਅਫਵਾਹਾਂ ਹੀ ਹੁੰਦੀਆਂ ਨੇ, ਪਰ ਇਸ ਕਿਸਮ ਦੀਆਂ ਅਫਵਾਹਾਂ ਤੋਂ ਉੱਠਣ ਵਾਸਤੇ ਤਾਹੂ ਹੋਣਾ, ਜਾਣ ਵਾਸਤੇ ਤਾਹੂ ਹੋਣਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸਾਨੂੰ ਬੈਠਣਾ ਚਾਹੀਦਾ ਸਥਿਰ ਤੌਰ 'ਤੇ ਅਤੇ ਲੰਮਾ ਬੈਠਣ ਦੀ ਤਿਆਰੀ ਰੱਖਣੀ ਚਾਹੀਦੀ। ਜਿੰਨਾ ਚਿਰ ਤੱਕ ਸਾਨੂੰ ਤਸੱਲੀ ਬਖਸ਼ ਸਾਡੀ ਉਹਨਾਂ ਮੰਗਾਂ 'ਤੇ ਤਸੱਲੀ ਬਖਸ਼ ਨਿਪਟਾਰੇ ਦੀ ਗੱਲ ਸਾਡੇ ਹੱਥਾਂ 'ਚ ਨਹੀਂ ਆਉਂਦੀ, ਉਹਨਾਂ ਚਿਰ ਤੱਕ ਸਾਨੂੰ ਬੈਠਣ ਦਾ ਮਨ ਬਣਾਉਣਾ ਚਾਹੀਦਾ ਅਤੇ ਇਹਨਾਂ ਦਾ ਵੀ ਨਿਪਟਾਰਾ ਹੋ ਸਕਦਾ। ਦੂਜੀ ਗੱਲ, ਸੰਯੁਕਤ ਮੋਰਚੇ ਦੀ ਮੀਟਿੰਗ ਹੈ, ਉਹਦੇ ਵਿੱਚ ਵੀ MSP ਦੇ ਹੋਰ ਚਰਚਾਵਾਂ ਹੋਣੀਆਂ ਨੇ ਮੁੱਦਿਆਂ 'ਤੇ। ਜਿੱਥੇ MSP ਦਾ ਸਵਾਲ ਹੈ, ਭਾਵੇਂ ਕਮੇਟੀ ਬਣਾਉਣ ਦੀ ਗੱਲ ਉੱਧਰੋਂ ਵਾਰ ਵਾਰ ਆ ਰਹੀ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਦੀ ਅਤੇ MSP ਦਾ ਕਾਨੂੰਨ ਬਣਾਉਣ ਦੀ ਕੋਈ ਨੀਅਤ ਹੈ। ਕਮੇਟੀਆਂ ਪਹਿਲਾਂ ਵੀ MSP 'ਤੇ ਬਹੁਤ ਬਣੀਆਂ ਨੇ, ਉਹ ਕਮੇਟੀਆਂ ਬਣ ਕੇ ਰਹਿ ਜਾਂਦੀਆਂ ਨੇ। ਇਹ ਕਮੇਟੀ ਦੀ ਕੀ ਅਮਲਦਾਰੀ ਹੋਊ, ਇਹ ਤੋਂ ਸਾਨੂੰ ਚੰਗੀ ਤਰ੍ਹਾਂ ਵਾਕਫ ਹੋਣਾ ਚਾਹੀਦਾ। ਇਹਨੇ MSP ਦੇ ਕਾਨੂੰਨ ਦੇ ਵਧਾਰੇ ਵੱਲ ਕਿੰਨਾ ਕੁ ਵਧਣਾ, ਉਹ ਕਿੰਨਾ ਕੁ ਇਹਦੇ ਵਿੱਚੋਂ ਕੁਛ ਹਾਸਲ ਹੋ ਜਾਣਾ, ਇਹਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਂ ਕਿਹਾ ਜਾ ਸਕਦਾ ਵੀ MSP ਵਾਲੀ ਲੜਾਈ ਤਾਂ ਸਾਨੂੰ ਲੜਨੀ ਪੈਣੀ ਹੈ। ਬਾਕੀ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਇਹਨਾਂ ਗੱਲਾਂ 'ਤੇ ਕਾਫੀ ਚਰਚਾ ਹੋਣੀ ਹੈ। 4 ਤਰੀਕ ਦੀ ਮੀਟਿੰਗ ਹੈ, ਬਾਕੀ ਦੀਆਂ ਮੰਗਾਂ 'ਤੇ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਰਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ। ਉੱਥੇ ਕੀ ਨਿਪਟਾਰਾ ਹੁੰਦਾ ਉਹਦੇ ਬਾਰੇ ਅਗਲੀ ਰਣਨੀਤੀ ਬਣਾਈ ਜਾਊਗੀ। ਧੰਨਵਾਦ।